ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਦੋਸਤਾਂ ਨੂੰ। ਉਮੀਦ ਕਰਦਾ ਤੁਸੀਂ ਬਾਈ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਬਹੁਤ ਸਾਰੇ ਭਰਾਵਾਂ ਦੇ ਫੋਨ ਆਉਂਦੇ ਨੇ ਜਾਂ ਇੰਸਟਾਗ੍ਰਾਮ 'ਤੇ ਕਮੈਂਟ ਕਰਦੇ, ਬਾਈ ਸਾਡਾ ਵੀ ਪੇਟ ਦੀ ਐਕਸਰਸਾਈਜ਼ ਦੱਸੋ। ਜਦੋਂ ਘਰ ਆਪਾਂ ਡਰਾਈ ਫਰੂਟ ਵਗੈਰਾ ਖਾਂਦੇ ਰਹਿੰਦੇ ਹਾਂ, ਹੈ ਨਾ, ਵੀ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਰਹਿੰਦੇ ਹਾਂ ਤਾਂ ਪੇਟ ਆਪਣਾ ਨਿਕਲਦਾ ਹੀ ਨਿਕਲਦਾ ਹੈਗਾ। ਉਹਦੇ ਕਰਕੇ ਅੱਜ ਸਾਰੇ ਭਰਾਵਾਂ ਨੂੰ ਇਕੱਲੇ ਇਕੱਲੇ ਨੂੰ ਤਾਂ ਮੈਂ ਜਵਾਬ ਨਹੀਂ ਦੇ ਸਕਦਾ, ਰਿਪਲਾਈ ਨਹੀਂ ਕਰ ਸਕਦਾ। ਅੱਜ ਆਪਾਂ ਪੇਟ ਵਾਲੀ ਐਕਸਰਸਾਈਜ਼ ਨੂੰ ਲਾ ਕੇ ਦਿਖਾਉਂਦੇ ਹਾਂ ਅਤੇ ਆਪਣੇ ਭਰਾ ਨੇ ਸਾਰੇ ਨਾਲ ਸਟੂਡੈਂਟ ਨੇ ਜਿੰਮ ਦੇ, ਹੈ ਨਾ, ਨਾਲ ਤੁਹਾਨੂੰ ਲਾਉਣਗੇ, ਲਾ ਕੇ ਦਿਖਾਉਣਗੇ। ਅਤੇ ਇਕੱਲੀ ਇਕੱਲੀ ਐਕਸਰਸਾਈਜ਼ ਤੁਸੀਂ ਗੌਰ ਨਾਲ ਦੇਖੀ ਜਾਇਓ ਅਤੇ ਧਿਆਨ ਨਾਲ ਦੇਖੀ ਜਾਇਓ। ਜਿਹੜੀ ਜਿਹੜੀ ਪ੍ਰੈਕਟਿਸ ਲੱਗੂਗੀ ਉਹਦਾ ਥੱਲੇ ਤੁਹਾਡੀ ਸਕਰੀਨ ਦੇ ਉੱਪਰ ਸਾਰੀ ਐਕਸਰਸਾਈਜ਼ ਦਾ ਨਾਮ ਆਊਗਾ ਅਤੇ ਮੇਰਾ ਉੱਪਰ ਨੰਬਰ ਆਊਗਾ। ਜੇ ਕਿਸੇ ਭਰਾ ਨੂੰ ਕੋਈ ਪੁੱਛਣਾ ਹੋਵੇ ਤਾਂ ਫੋਨ ਕਰ ਸਕਦਾ ਹੈ ਜਾਂ ਤੁਸੀਂ ਥੱਲੇ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ, ਕਮੈਂਟ ਦਾ ਮੈਂ ਰਿਪਲਾਈ ਕਰਦੇ ਕਰਦਾ। ਆ ਜਾਓ ਜੀ ਆਪਾਂ ਸ਼ੁਰੂ ਕਰਦੇ ਹਾਂ ਐਕਸਰਸਾਈਜ਼ ਅਤੇ ਧਿਆਨ ਨਾਲ ਦੇਖਿਓ ਅਤੇ ਆ ਜਾਓ। ਜੀ ਆਪਣੇ ਪੇਟ ਦੀਆਂ 5 ਐਕਸਰਸਾਈਜ਼ ਹੋ ਚੁੱਕੀਆਂ ਨੇਗੀਆਂ ਅਤੇ ਜਿਹੜੇ ਭਰਾ ਜਿੰਮ ਦੇ ਵਿੱਚ ਨਹੀਂ ਵੀ ਆ ਸਕਦੇ ਉਹ ਵੀ ਆਪਣੇ ਘਰ ਦੇ ਵਿੱਚ ਨੋਰਮਲੀ, ਹੈ ਨਾ, ਇੱਕ
ਚੈੱਕ ਲੈ ਕੇ ਉਹਦੇ ਉੱਪਰ ਆਪਣੇ ਆਪ ਪ੍ਰੈਕਟਿਸ ਲਾ ਸਕਦੇ ਹਾਂ ਅਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਇਹਦੇ ਨਾਲ। ਅਤੇ ਜੇ ਕਿਸੇ ਭਰਾ ਨੂੰ ਪ੍ਰੈਕਟਿਸ ਦੀ ਨਹੀਂ ਕੋਈ ਸਮਝ ਆ ਰਹੀ ਜਾਂ ਕੋਈ ਨਹੀਂ ਪਤਾ ਲੱਗ ਰਿਹਾ ਵੀ ਕਿਵੇਂ ਲਾਉਣੀ ਹੈ, ਥੱਲੇ ਤੁਸੀਂ ਕਮੈਂਟ ਜ਼ਰੂਰ ਕਰਿਓ। ਕਮੈਂਟ ਦਾ ਮੈਂ ਹਰ ਇੱਕ ਕਮੈਂਟ ਦਾ ਰਿਪਲਾਈ ਕਰੂੰਗਾ। ਬਾਕੀ ਜੇ ਕਿਸੇ ਭਰਾ ਨੇ ਕੋਈ ਚੀਜ਼ ਪੁੱਛਣੀ ਕਰਨੀ ਆ ਤਾਂ ਮੇਰਾ ਸਕਰੀਨ ਦੇ ਉੱਪਰ ਨੰਬਰ ਆਈ ਜਾਂਦਾ ਰਹਿੰਦਾ ਅਤੇ ਨੰਬਰ ਦੇ ਉੱਪਰ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ। ਅਤੇ ਵੱਧ ਤੋਂ ਵੱਧ ਬਾਈ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਆਪਾਂ ਇੱਕ ਚੰਗਾ ਪੰਜਾਬ ਨੂੰ ਬਣਾ ਸਕੀਏ, ਤੰਦਰੁਸਤ ਪੰਜਾਬ ਬਣਾ ਸਕੀਏ। ਇੰਨੇ ਕਹਿੰਦੇ ਹੋਏ ਜੀ, ਅਗਲੇ ਆਪਾਂ ਪ੍ਰੈਕਟਿਸ 6 ਦੀ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਧੰਨਵਾਦ।